बिस्मिल्लाहिर्रहमानिर्रहीम, अस्सलाम वालेकुम। कैसे हैं सब? उम्मीद करती हूँ सब ठीक होंगे, खुश बाश होंगे। तो व्लॉग का करती हूँ जगाज। हम लोग अम्मी के मतलब हम लोग अम्मी के घर आए हैं, तो व्लॉग का अंत क्लास में देखिएगा। और नया फसमा किसी तानी ना देखेगी क्या करिए। ये पच पच ये फ्रूट खा रही है, देखिए एक को टक्की लगा देती है। ये देखिए इसके काम अनाय फातिमा, कहाँ आई हो, क्या खा रही हो ना? सर खराब कर कर तो किसी का किसके का खाल मिट्टी खाल खाल मिट्टी या मतलब खाल मिट्टी। चलो मुझे दे दो नया, मुझे दे दो नहीं जी। सारे खिलाड़ी जन लो 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 ओए कर दी की मानो ले रहीम। अस्सलाम वालेकुम जी, कैसे हैं सब? उम्मीद करते सब ठीक होंगे। तो करते हैं व्लॉग का आगाज। ईद का दूसरा दिन है और हाँ जी जी आवाज ਸਾਡੀ ਤਰਫ ਈਦ ਦਾ ਦੂਸਰਾ ਦਿਨ, ਸਾਰਿਆਂ ਭੈਣਾਂ ਭਰਾਵਾਂ ਨੂੰ ਬਹੁਤ ਹੀ ਮੁਬਾਰਕ ਹੋ ਜਾਏ ਜੀ। ਭਈਆ ਨਿਊ ਨਿਊ ਆਇਆ ਤੇ ਮਿੱਠਾ ਜਗ ਤਾਂ ਨਹੀਂ ਹੁਣ ਲਾਜ਼ਮੀ ਜਿੱਥੇ ਉਹ ਜਾਈਦਾ ਨਾ ਇੱਧਰ ਨੂੰ ਸਟਾਪ ਤੇ ਮੁੜ ਕੇ ਇੱਧਰ ਨੂੰ ਰਫੀਕਾਬਾਦ ਤੋਂ ਅੱਗੇ ਅਸੀਂ ਬੇਲਾ ਲੱਗੀ ਉਹਨਾਂ ਦਾ ਅੰਗੂਰ, ਉਹਨਾਂ ਦੇ ਅੰਗੂਰ ਬਲੈਕ ਆ, ਉਹਨਾਂ ਦੇ ਬਲੈਕ ਅੰਗੂਰ ਆ। ਹਾਂਜੀ ਮੰਮੀ ਉਹਨਾਂ ਦੇ ਬਲੈਕ ਅੰਗੂਰ ਆ, ਉਹ 200 ਰੁਪਏ ਕਿਲੋ ਆਉਣੇ ਜੀ, ਦੋ ਹੋਣੇ ਆ 200 ਜਾਂ 300 ਰੁਪਏ, ਅਜੇ ਮਹਿੰਗੇ ਆ। ਦੋ ਬੱਚਿਆਂ ਨੂੰ ਵੀ ਰੱਖ ਲਿਓ ਸਭ ਜੀ ਦਾ ਬਕੈਨ ਦੋ ਇਹਨਾਂ ਨੂੰ, ਬਸ ਦਿਲ ਕੀਤਾ ਮੈਂ ਕਿਹਾ ਨਵੇਂ ਕਰ ਲਈ। ਸ਼ੁਕਰ ਤਾਂ ਭਾਬੀ ਕੋਈ ਮੁੱਲ ਹੁੰਦਾ ਹੈ ਨਹੀਂ ਬੇਟਾ। ਹਾਂਜੀ ਚਾਚੂ, ਚਾਚੂ ਫਿਆਜ਼ ਆ ਗਿਆ, ਚਾਚੂ ਦੇ ਵਾਲ ਪੁੱਟਣੇ ਆ। ਚੱਲ ਫਿਆਜ਼ ਪੁੱਤ ਵਾਲ ਪੁੱਟਾ ਕੁੜੀ ਕੋਲੋਂ, ਮਾਰੇ ਤੇ ਕਦੀ ਉਹਦੇ ਵਾਲ ਪੁੱਟੇ ਸੀ। ਹਾਂ ਇਹ ਦੇ ਭਣਾ ਫਿਰ ਫਿਆਜ਼ ਕੋਂਦੀ ਪਈ ਹੁਣ ਮਾਂ ਕੋਲ ਮਾੜੀ ਨੇ ਨਾ ਪਤਮਾ ਉੱਚੋ ਉਹ ਹੀਰਾ ਪੀ ਸੋਈ ਹੋਈ ਹੈ ਇਹ ਹੈਗਾ ਮਿੱਠੇ। ਮੈਂ ਵੀ ਤੁਸੀਂ ਵੀ ਲੈ ਲਓ ਤੇ ਨਾਲ ਕੁੜੀ ਨੂੰ ਖੋ ਤੇ ਇਹ ਬੈਠੋ ਚਿੱਚੀ ਜੀ ਪਾਪੀ ਉਸੇ ਥੋੜੀ ਜੀ ਲੋਈ ਜੀ ਕੁਛ ਨਾ। ਅੱਛਾ ਵੀ ਮੈਨੂੰ ਤਾਂ ਅੰਗੂਰ ਬੜੇ ਪਸੰਦ ਆ, ਇਸ ਲਈ ਮੈਂ ਲੈ ਕੇ ਆਇਆ। ਫਿਰ ਮਹਿੰਗੇ ਭਾਅ ਦੀ ਅੱਗ ਫੱਕੀ ਦਿਲ ਕੀਤਾ ਮੈਂ ਰੇੜੀ ਦੇਖੇ, ਇੱਕ ਤੇ ਸੀ ਭਾਵਿਆ ਸੀ ਤੇ ਫਿਰ ਮੈਂ ਕਿਹਾ ਚਲੋ ਜੇਬ ਦੇਖੇ, ਜੇਬ ਚ ਪੈਸੇ ਹੈਗੇ ਸੀ, ਮੈਂ ਕਿਹਾ ਚੱਲ ਫੜੀ ਚੱਲ, ਮੈਂ ਕੁਰਬਾਨੀ ਲੈਣੀ ਲੈ ਲਈ ਹੋਈ ਆ, ਮੈਂ ਕਿਹਾ ਹੁਣ ਜਾਂਦਾ ਵੀ ਲਈ ਚਲਾ। ਗੋਸ਼ਤ ਬਣਾ ਲਈਏ ਫਿਰ, ਕੱਲ ਥੋੜੀ ਧੁੱਪ ਹੋਗੀ ਤੰਗ ਹੋਏ ਫਿਰ ਅਸੀਂ। ਅੱਜ ਨਾ ਪਤਾ ਕੀ ਆ, ਅੱਜ ਨਾ ਕੱਲ ਰਾਤ ਵੀ ਬਹੁਤ ਗਰਮੀ ਸੀ, ਦੋ ਰਾਤ ਟਾਈਮ ਨਾ ਕਰਕੇ ਨਾ ਮੈਂ ਇੱਥੇ ਕਿਚਨ ਚ ਬਣਾ ਲਈਏ, ਕੋਲ ਕੂਲਰ ਲਾ ਲਈਏ ਫਿਰ ਠੰਡੀ ਹਵਾ ਮੈਂ ਸੌਖਾ ਬਣਾ ਲੈਂਦਾ। ਫਿਰ ਬਸ ਪੱਠੇ ਵੱਢ ਕੇ ਬਣਾ ਲਿਆ ਸੀ ਮੈਂ ਘਰ। ਕੀ ਸੋਚ ਰਹੀ ਹੋ ਮਮਾ, ਕਹਿ ਰਹੇ ਮੈਨੂੰ ਦੇ ਦੋ
ਵਾਪਸ ਕਰੋ। ਉਹ ਕਿਹੜੀ ਚੀਜ਼ ਮਿਲਦੀ ਸੀ? ਹੋਰ ਉਸਨੇ ਦਿੱਤੀ ਸੀ ਕਿਹੜੀ ਚੀਜ਼? ਨਵਾਂ ਸ਼ਹਿਰ ਮਿਲਦੀ ਸੀ ਨੇ ਉਹ ਨਹੀਂ ਦਿੰਦੀ ਭਾਜੀ, ਉਹ ਤਾਂ ਲਾੜ ਪੈਂਦੀ ਮੈਨੂੰ ਬੜੀ ਸੋਹਣ ਲੱਗਦੀ। ਜਿਸ ਤਰ੍ਹਾਂ ਵਿਆਸੀਆ ਮੈਂ ਹੀਰੋ ਨੂੰ ਕਹਿੰਦਾ ਚੱਲ ਆਪਣੇ ਘਰ ਚੱਲ, ਤੁਹਾਨੂੰ ਲੜ ਪੈਂਦੀ ਹੈ ਕਿ ਮੈਨੂੰ ਪਿਆਰ ਲੱਗਦੀ, ਫਿਰ ਜਦੋਂ ਲੜਦੀ ਫਿਰ ਮੇਰੇ ਨਾਲ ਕਹਿੰਦੀ ਮੈਂ ਨੀ ਜਾਊ। ਕੱਲ ਉਹਨੇ ਸਾਫ ਅਨਾਇਆ ਹੀਰਾ ਨੇ ਅੱਛਾ ਮਾਮੂ ਜੀ ਅੱਛਾ ਰਾਤੀ ਭਾਵੀ ਲੜਾਈ ਦੇਖਣੀ ਸੀ ਫੀਡਰ ਤੋਂ, ਹੀਰਾ ਫੀਡਰ ਫਿਰੇ ਸੀ ਨਾ ਤੇ ਉਹ ਖੋਂਦੀ ਸੀ। ਹਾਂਜੀ ਕੋਈ ਬਸ ਬਸ ਠੀਕ ਹੈ, ਜੇ ਮੈਂ ਫੜਾ ਦੇ ਵਿੱਚ ਖਾਵੇ ਬਿਹਤਰ ਸਮਾਂ ਤੇਰੇ ਨਾਲੋਂ ਵੀ ਮੇਰਾ ਜ਼ਿਆਦਾ ਮੋਟਾ ਦੇ ਫੜਕ ਮੇਰੇ ਚ ਗਰਮੀ ਲੱਗਦੀ ਹੈ। ਭਾਬੇ ਆਖਿਆ ਤੁਸੀਂ ਫਿਰ ਇੰਨਾ ਪਾ ਰਹੇ, ਮੈਂ ਕਿੰਨੀ ਵਾਰੀ ਪਾ ਲਿਆ ਇਹ ਚ ਮੈਨੂੰ ਇੰਨੀ ਗਰਮੀ ਲੱਗਣੀ ਮੈਂ ਲਾ ਕੇ ਪਾ ਕੇ ਤੇ ਮੈਂ ਕਿੰਨੀ ਵਾਰ ਕਿੰਨੀ ਦਫ਼ਾ ਧੋਤਾ ਧੋਤਾ ਹਾਂ ਗੁਰੀ ਹਾਂ ਆਹ ਛੋਟੀ ਸਰਕਾਰ ਨੂੰ ਵੀ ਦੇ ਦਿਓ ਹਿਬਾ ਹੰਨਾ ਹੀਰਾ ਆ ਜਾਓ ਆ ਜਾਓ ਮੇਰੀਆਂ ਬੇਟੀਆਂ ਆ ਮਾਸ਼ਾਅੱਲਾ ਪਾਪਾ ਦੀ ਸ਼ੇਰ ਧੀਰਾ ਨਹੀਂ ਖਾ ਰਹੇ ਅੰਗੂਰ ਮੈਨੂੰ ਦੇ ਦਿਓ ਦੇ ਦਿਓ ਨਾ ਦੇ ਦਿਓ ਦੇ ਦਿਓ ਲਾਈਆਂ ਮੇਰੇ ਪੁੱਤ ਨੂੰ ਡੈਡ ਲੱਗਾ ਮੈਂ ਨਾ ਤੰਗ ਕਰਦੇ ਨਾ ਤੰਗ ਕਰ ਬਸ ਅੱਛਾ ਜੀ ਸਿਰਫ ਸਾਡਾ ਇਹ ਝੋਲਾ ਹੀ ਹੈ ਬਾਕੀ ਮੰਮੀ ਜੀ ਉਹਨਾਂ ਦਾ ਸਮਾਨ ਹੈ। ਚਲੋ ਜੀ ਚਲੀਏ, ਮੌਸਮ ਖਰਾਬ ਹੋ ਰਿਹਾ ਅਨਾ ਫਤ ਮੈਨੂੰ ਗਰਮੀ ਲੱਗ ਰਹੀ, ਮੈਨੇ ਅਭੀ ਕੋਈ ਤਿਆਰੀ ਨਹੀਂ ਕੀ, ਸਿਰਫ ਕੰਘਾ ਕੀ ਹੈ ਕੱਪੜੇ ਚੇਂਜ ਕੀ ਹੈ ਤੇ ਬਸ। ਅਬਾਸ ਨੇ ਇਨ ਦੋਨੋਂ ਬਾਪ ਬੇਟੀ ਨੇ ਕੀ ਹੈ ਤਿਆਰੀ, ਇਹ ਪਾਣੀ ਕੀ ਬੋਤਲ ਸਾਥ ਲਈ ਹੈ। ਚਲੋ ਜੀ ਬਾਹਰ ਨਿਕਾਲ ਲਓ ਨਾ, ਪਾਪਾ ਜਾ ਰਹੇ ਪਸੀਨੇ ਸੇ ਪੂਰੇ ਪੂਰੇ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਅਸਲਾਮ ਅਲੈਕੁਮ, ਕੈਸੇ ਹੈ ਸਭ, ਉਮੀਦ ਕਰਤੇ ਸਭ ਠੀਕ ਹੋਣਗੇ। ਤੋ ਕਰਤੇ ਹੈ ਜੋ ਲੋਕ ਆਗਾਹ ਸੇ ਆਵੇ ਕੋ ਤੇ ਕੀ ਕੇ ਪਕੜ ਚੇਂਜ ਕਰਾ ਮੇਰੇ ਬੇਟੇ ਨੇ। ਅੱਛਾ ਜੀ ਮੈਨੇ ਅਭੀ ਨਾ ਕੋਈ ਕਰੀਮ ਸ਼ੀਮ ਲਗਾਈ ਕੋਈ ਕੁਛ ਨਹੀਂ ਕੀਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਅਭੀ, ਤੇ ਮੈਨੇ ਕਿਹਾ ਕਿ ਥੋੜ੍ਹਾ ਜਬ ਸਫ਼ਰ ਰਹਿ ਜਾਏਗਾ ਨਾ ਫਿਰ ਤਿਆਰੀ ਕਰੂੰਗੀ, ਸਾਰਾ ਸਮਾਨ ਮੈਨੇ ਤਿਆਰੀ ਕੇ ਸਾਥ ਲਈ ਹੈ। ਤੋ ਇਨ ਦੋਨੋਂ ਬਾਪ ਬੇਟੀ ਨੇ ਤਿਆਰੀ ਕੀ ਹੈ ਔਰ ਇਨਕਾ ਹਾਲ ਦੇਖੀ, ਇਹ ਦੇਖਿਆ ਨਾ ਫਤਮ ਆਗੇ ਸੇ ਮਕੈਨਿਕ ਹੀ ਕਰ ਰਹੀ ਹੈ, ਤਾਂ ਹਮ ਲੋਕ ਜਾ ਰਹੇ ਜੀ ਆਪਣੇ ਮਾਇਕੇ ਗਾੜੀ ਪੇ, ਦੇਖੇ ਆਵਾਸ ਮਤਲਬ ਸਾਥ ਲੈ ਕੇ ਜਾ ਰਹੇ ਹੈ। ਮੈਂ ਫਾਤਮਾ ਕਹਾਂ ਜਾ ਰਹੀ ਹੋ, ਏ ਸੀ ਚੱਲ ਰਿਹਾ ਫਿਰ ਵੀ ਬਹੁਤ ਜ਼ਿਆਦਾ ਗਰਮੀ ਹੈ। ਮੈਂ ਫਾਤਮਾ ਕਹਾਂ ਜਾ ਰਹੀ ਹੋ, ਮਾਮੂ ਪਾਸ, ਮਾਮੂ ਕੀ ਕਿਤਨੀ ਦਫ਼ਾ ਕਾਲ ਆਈਏ ਕਿ ਕਹਾਂ ਪਹੁੰਚੇ, ਮੈਂ ਕਿਹਾ ਹਮ ਲੋਕ ਅਭੀ ਘਰ ਸੇ ਨਿਕਲੇ ਹੈ ਤਿਆਰੀ ਸ਼ਿਆਰੀ ਕਰ ਲਈ ਹੈ। ਤੋ ਚੱਤੇ ਜੀ ਜੋ ਵੀ ਸੀ ਉਹਨਾਂ ਕਹਿੰਦਾ ਮੰਮੀ ਇਨਸ਼ਾਅੱਲਾ ਆਪਣੇ ਬੈਂਕ ਵਿੱਚ ਸ਼ੇਅਰ ਕਰਾਂਗੇ। ਮੈਂ ਫਾਤਮਾ ਬੇਟਾ ਤੰਗ ਨਾ ਕਰੋ, ਬਸ ਇੰਨੀ ਸਪੀਡ ਤੇ ਠੀਕ ਹੈ ਕਿ ਇਹ ਤਾਂ ਕਿਸੇ ਦੇ ਦਰਸ਼ ਵੀ ਬਹੁਤ ਜ਼ਿਆਦਾ ਹੈ। ਮੌਸਮ ਅੱਛਾ ਖਾਸਾ ਖਰਾਬ ਹੋ ਰਿਹਾ, ਠੰਡਾ ਹੋ ਗਿਆ ਮੌਸਮ, ਤਾਂ ਦੇਖਿਆ ਰਸ਼ ਅਨਾ ਫਤਮਾ ਸੋ ਗਈ ਹੈ। ਇਨਸ਼ਾਅੱਲਾ ਬਸ ਮੇਰੀ ਖਵਾਹਿਸ਼ ਹੈ ਕਿ ਇਹ ਜਗ੍ਹਾ ਦੱਸਣਾ
ਪਹੁੰਚ ਚੁੱਕੇ ਹਾਂ ਜੀ। ਏਸੀ ਚੱਲ ਰਿਹਾ, ਏਸੀ ਕਿਆ ਕਹਿੰਦਾ, ਨੀਂਦ ਆ ਰਹੀ ਹੈ। ਬਸ ਲੋਕ ਆ ਰਹੇ ਹੈ, ਜਾ ਰਹੇ ਹੈ, ਵੀ ਕੋਈ ਦੁਕਾਨੇ ਨਾ ਇੰਨੀ ਖਾਸ ਖੁੱਲੀ। ਅਭੀ ਰਸ਼ ਨਹੀਂ ਇਤਨਾ ਜ਼ਿਆਦਾ। ਯਹਾਂ ਸੇ ਰੁਕੇ ਹੈ ਜੀ, ਪਹਿਲੇ ਫਰੂਟ ਲੀਏ, ਉਸਮਾਨ ਕੇ ਲੀਏ, ਅਮਿਤ ਕੇ ਲੀਏ, ਬੁਜ ਕੇ ਲੀਏ। ਤੋ ਯਹਾਂ ਪਰ ਰੁਕੇ ਹੈ, ਟੈਰੋ ਕੀ ਆਵਾਜ਼ ਹੈ ਨਾ ਵੋ ਭਰਵਾਨੇ ਕੇ ਲੀਏ। ਦੇਖੀ ਛੋਟਾ ਸਾ ਬੱਚਾ ਹੈ, ਯਹ ਹਵਾ ਭਰ ਰਹਾ ਹੈ ਪੈਟਰੋਲ ਪੰਪ ਪੇ। ਨਹੀਂ ਬਸ ਮਸਤ ਹੋ ਕੇ ਏ ਸੀ ਚੱਲ ਰਿਹਾ, ਤੂੰ ਸੋ ਰਹੀ ਹੈ, ਜਿਸ ਕੇ ਮੈਨੂੰ ਸੂਟ ਪਹਿਨਿਆ। ਯੇ ਜੀ ਦੂਧ ਕੀ ਬੋਟਲ ਲੈ ਕੇ ਜਾ ਰਹੇ, ਇੱਕ ਮੈਂ ਨਾ ਫਤਮਾ ਕਾ ਦੂਧ ਜੋ ਹੈ ਨਾ ਇਹ ਬੋਇਲ ਕੀਆ ਹੋਇਆ, ਦੂਸਰੇ ਮੈਂ ਦੋ ਬੋਤਲ ਦੂਧ ਕੀ ਔਰ ਅੰਮੀ ਜੀ ਕੇ ਲੀਏ ਨਾ ਗੋਸ਼ਤ, ਕਿਉਂਕਿ ਇਨਕਾ ਹਿੱਸਾ ਰੱਖਾ ਹੁਆ ਥਾ ਤੋ ਦੂਧ ਉਨਕਾ ਨਹੀਂ ਹੈ ਹਮਾਰਾ, ਤੋ ਮਾਸ਼ਾ ਅੱਲਾਹ ਪਾਕ ਕਾ ਸ਼ੁਕਰ ਹੈ ਬਹੁਤ ਹੈ ਘਰ ਕਾ ਦੂਧ। ਤੋ ਅੰਮੀ ਜੀ ਲੋਕ ਨਾ ਦੂਧ ਮਤਲਬ ਜੋ ਉਨਕੀ ਭੈਂਸ ਹੈ ਨਾ ਵੋ ਅਬ ਨਹੀਂ ਦੇਤੀ, ਤੋ ਇਸ ਲੀਏ ਬਸ ਮੈਨੇ ਪੁਰਾ ਥਾ ਕਿ ਮੁਝੇ ਕੇ ਲੀਏ ਇਸਕਾ ਪੈਕਟ ਲਾ ਦੇ, ਕਹਤੇ ਨਹੀਂ ਅਬ ਖੁਦ ਲਾ ਦੀਏ ਮੁਝੇ, ਥੈਂਕ ਯੂ। ਮੇਰਾ ਲੇਸ ਕਾ ਪੈਕਟ 80 ਰੁਪਏ ਵਾਲਾ, ਬੜੇ ਵਾਲਾ ਪੈਕਟ।